ਘਰ ਚੋਂ ਬਾਹਰ ਬੁਲਾ ਕੇ ਵੜਤਾ ਮਾਪਿਆਂ ਦਾ ਕੱਲਾ ਕੱਲਾ ਪੁੱਤ। ਸਰੀਰ 'ਤੇ ਐਸੀ ਕੋਈ ਥਾਂ ਨਹੀਂ ਬਚੀ ਜਿੱਥੇ ਜ਼ਾਲਮਾਂ ਨੇ ਟੱਕ ਨਾ ਲਗਾਇਆ ਹੋਵੇ, ਹਥਿਆਰ ਦੇ ਨਾਲ ਵਾਰ ਨਾ ਕੀਤਾ ਹੋਵੇ। ਲਹੂ ਲੁਹਾਣ ਕਰਕੇ ਵਿਚਾਰੇ ਨੌਜਵਾਨ ਨੂੰ ਇੱਕ ਖੇਤ ਦੇ ਵਿੱਚ ਸਿੱਟ ਗਏ। ਜ਼ਾਲਮ ਵਿਚਾਰੇ ਨੂੰ ਐਸੀ ਮੌਤ ਮਾਰਿਆ ਕਿ ਡਾਕਟਰ ਵੀ ਕੰਬ ਗਏ ਦੇਖ ਕੇ ਕਿ ਨੌਜਵਾਨ ਪੂਰਾ ਸਰੀਰ ਹੈ ਜਿਹੜਾ ਉਸਦਾ ਵੱਢਿਆ ਪਿਆ ਸੀ। ਤਾਂ ਬੀਤੇ ਕੱਲ੍ਹ ਪਠਾਨਕੋਟ ਦੇ ਪਿੰਡ ਮਨਵਾਲ ਵਿਖੇ ਇੱਕ ਸ਼ਖਸ ਦਾ ਕਤਲ ਕੀਤਾ ਗਿਆ। 6 ਤੋਂ 7 ਨੌਜਵਾਨਾਂ ਨੇ ਉਸ ਦੇ ਨਾਲ ਪੁਰਾਣੀ ਰੰਜਿਸ਼ ਕੱਢਦੇ ਹੋਏ ਪਹਿਲਾਂ ਤਾਂ ਘਰੋਂ ਬੜੇ ਪਿਆਰ ਦੇ ਨਾਲ ਬਾਹਰ ਬੁਲਾਇਆ, ਮੋੜ 'ਤੇ ਲੈ ਗਏ ਅਤੇ ਉਸ 'ਤੇ ਹਮਲਾ ਕਰ ਦਿੱਤਾ। ਹਮਲਾ ਕਰਨ ਤੋਂ ਬਾਅਦ ਉਸ ਨੂੰ ਖੇਤਾਂ ਦੇ ਵਿੱਚ ਲਹੂ ਲੁਹਾਣ ਕਰਕੇ ਛੱਡ ਗਏ, ਜਿਸ ਤੋਂ ਬਾਅਦ ਨੌਜਵਾਨ ਦੀ ਹਸਪਤਾਲ ਲਿਜਾਂਦੇ ਵਕਤ ਮੌਤ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਇਨਸਾਫ ਨਾ ਮਿਲਣ 'ਤੇ ਉਸ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ, ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੁਲਿਸ ਵੀ ਮੌਕੇ 'ਤੇ ਮੌਜੂਦ ਹੈ ਅਤੇ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਦੇ ਵੱਲੋਂ ਉਹਨਾਂ 7 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰ ਫਿਰ ਵੀ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਵੱਲੋਂ ਸਿਵਲ ਹਸਪਤਾਲ ਦੇ ਬਾਹਰ ਸੜਕ ਜਾਮ ਕੀਤੀ ਗਈ ਅਤੇ ਮੀਡੀਆ ਦੇ ਨਾਲ ਕੀ ਗੱਲਬਾਤ ਕੀਤੀ ਉਹਨਾਂ ਨੇ ਅਤੇ ਪੁਲਿਸ ਦਾ ਕੀ ਕਹਿਣਾ ਇਸ ਉੱਪਰ, ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਗੱਲਬਾਤ ਜੀ, ਮੇਰੇ ਵੱਡੇ ਬੇਟੇ ਨੂੰ ਵੱਢ ਦਿੱਤਾ ਜੀ, ਵੱਢ ਦਿੱਤਾ 7-8 ਬੰਦਿਆਂ ਨੇ। ਇਸ ਚੀਜ਼ ਨੂੰ ਕੋਈ ਪੁਰਾਣੀ ਰੰਜੀ ਸੀ? ਪੁਰਾਣੀ ਰੰਜੀ ਸੀ ਜੀ, ਉਹਨੂੰ ਸੱਦਿਆ ਉਹਨੂੰ ਵੀ ਇੱਧਰ ਆ ਜੇ ਆ, ਉਹ ਆ, ਉਹ ਹੋਇਆ ਕੁਛ ਵੀ ਨਹੀਂ, ਕਰੋਨਾ ਸੀ। ਕਰੋਨੇ ਵਿੱਚ ਉਹਦੀ ਜਨਾਨੀ ਮਰ ਗਈ। ਇਹਨਾਂ ਦੋਨਾਂ ਭਰਾਵਾਂ ਨੇ ਨਾ ਉਹਨੂੰ ਹੱਥ ਲਾਇਆ, ਬੰਦਾ ਦਿੱਤਾ, ਮਤਲਬ ਇਹ ਉਹ ਇਹੋ ਗੱਲ ਕਰਦਾ ਸੀ। ਉਹਨੇ ਮੁੜ ਕੇ ਇਹਨਾਂ ਨੂੰ ਕੀਤਾ ਜੀ, ਮੁੜ ਕੇ ਲੜਾਈ ਹੋ ਗਈ ਇਹਨਾਂ ਦੀ। ਬਾਅਦ 'ਚ ਇਹ ਕਹਿੰਦਾ ਜੀ, ਤੂੰ ਮੇਰੀ ਜਨਾਨੀ ਵੱਲੋਂ ਇੱਦਾਂ ਕਿਉਂ ਕਹਿੰਦਾ, ਜਦੋਂ ਤੇਰਾ ਟੱਬਰ ਮਾਰਾਂਗਾ ਤੇ ਮੈਂ ਆ ਕੇ ਤੇਰਾ ਬੰਦਾ ਲਾਵਾਂਗਾ। ਕੋਈ ਰਿਸ਼ਤੇਦਾਰੀ ਹੈ ਕਿ? ਕੋਈ ਰਿਸ਼ਤੇਦਾਰੀ ਨਹੀਂ ਹੈਗੀ ਜੀ। ਤੇ ਅੱਜ ਤੁਸੀਂ ਤੁਹਾਡੇ ਵੱਲੋਂ ਸਿਵਲ ਹਸਪਤਾਲ ਦੇ ਬਾਹਰ ਕੀ ਕੀਤਾ ਗਿਆ? ਅਸੀਂ ਧਰਨਾ ਲਾਇਆ ਜੀ, ਸਾਨੂੰ ਲੱਗੇ ਕਹਿੰਦਾ ਜੀ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਹੁਣ ਸਾਹਿਬ ਜੀ ਆਏ ਨੇ, ਉਹ ਕਹਿੰਦੇ ਅਸੀਂ ਬੰਦੇ ਸਾਰੇ ਫੜ ਲੈਣੇ ਜੀ। ਕੀ ਮੰਗ ਕਰਦੇ? ਮੰਗ ਕੀ, ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਜੀ। ਸਰ, ਮੇਰਾ ਨਾਂ ਰਾਹੁਲ ਹੈ। ਕੱਲ੍ਹ ਸਾਡੀ ਲੜਾਈ ਹੋਈ ਆ ਅਤੇ 7-8 ਜਣੇ ਜਿਹੜੇ ਕਿ ਮੇਰੇ ਭਰਾ ਨੂੰ ਡਾਕਟਰ ਲੈ ਗਏ, ਉਹਨਾਂ ਨੇ ਮਾਰਿਆ ਹੈਗਾ। ਅਤੇ ਸਰ, ਮੇਰੀ ਇਹੀ ਦਰਖਾਸਤ ਆ ਪ੍ਰਸ਼ਾਸਨ ਅੱਗੇ ਕਿ ਮੈਨੂੰ ਸਰ ਜਲਦੀ ਤੋਂ ਜਲਦੀ ਇਨਸਾਫ ਚਾਹੀਦਾ। ਮੇਰੇ ਭਰਾ ਨੂੰ ਬੜੀ ਬੇਰਹਿਮੀ ਨਾਲ ਇਹਨਾਂ ਨੇ ਮਾਰਿਆ ਸਰ, ਕੋਈ ਸਰੀਰ ਦਾ ਅੰਗ ਨਹੀਂ ਜਿੱਥੇ ਨਹੀਂ ਸਰ ਫੱਟ ਮਾਰੇ ਦਾ ਉਹਦੇ। ਰੋਡ ਜਾਮ ਕਰਨ ਦਾ ਕਾਰਨ ਇਹੀ ਸੀ ਸਰ, ਆਪਾਂ ਪ੍ਰਸ਼ਾਸਨ ਕੋਲ ਪੁੱਛਣਾ ਚਾਹੁੰਦੇ ਸੀ ਵੀ ਸਾਡੀ ਕਾਰਵਾਈ ਪੈਰਵਾਈ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਫਿਰ ਆਏ ਸਰ SHO ਦਵਿੰਦਰ ਪ੍ਰਕਾਸ਼ ਜੀ, ਉਹਨਾਂ ਨੇ ਦੱਸਿਆ ਵੀ ਤੁਹਾਡਾ ਪਰਚਾ ਜਿਹੜਾ ਹੋ ਗਿਆ, 6-7 ਜਣਿਆਂ ਨੂੰ ਆਪਾਂ ਅਰੈਸਟ ਕਰ ਲਿਆ। ਅੱਜ ਇੱਥੇ ਧਰਨਾ ਲਾਇਆ ਗਿਆ, ਅੰਮ੍ਰਿਤਸਰ ਦੇ ਪਰਿਵਾਰਾਂ ਨੂੰ ਕੀ ਕਹਿਣਾ? ਮੈਨੂੰ ਹੁਣੇ ਇਨਫੋਰਮੇਸ਼ਨ ਮਿਲੀ ਸੀਗੀ ਕਿ ਜਿਹੜੇ ਕੱਲ੍ਹ ਜਿਹੜਾ ਸ਼ਾਹਪੁਰਗੰਡੀ ਦੇ ਏਰੀਏ ਵਿੱਚ ਇੱਕ ਮਰਡਰ ਹੋਇਆ ਸੀ, ਉਹਦੇ ਵਿੱਚ ਜਿਹੜੇ ਮ੍ਰਿਤਕ ਸੀਗੇ ਉਹਨਾਂ ਦੇ ਪਰਿਵਾਰ ਵੱਲੋਂ ਉੱਥੇ ਸਿਵਲ ਹਸਪਤਾਲ ਦੇ ਬਾਹਰ ਧਰਨਾ ਲਾਇਆ ਗਿਆ ਸੀਗਾ। ਜੋ ਇੱਥੇ ਆ ਕੇ ਇਹਨਾਂ ਦੀ ਗੱਲਬਾਤ ਸੁਣੀ ਹੈ, ਜੋ ਇਹਨਾਂ ਦੇ ਸੀਗੇ ਸਵਾਲ ਸੀਗੇ ਉਹਨਾਂ ਦੇ ਜਵਾਬ ਦਿੱਤੇ ਗਏ ਆ। ਇਹਨਾਂ ਨੂੰ FIR ਦੇ ਬਾਰੇ 'ਚ ਪੂਰੀ ਕਲੈਰਿਟੀ ਨਹੀਂ ਸੀਗਾ, ਨਹੀਂ ਸੀਗੀ ਜਾਂ ਕਿੰਨੇ ਬੰਦਿਆਂ ਦੇ ਨਾਂ ਹੈਗੇ ਜਾਂ ਕਿਹੜੇ ਕਿਹੜੇ ਬੰਦਿਆਂ ਦੇ ਨਾਂ ਹੈਗੇ ਆ ਜਾਂ ਕਿੰਨੇ ਬੰਦੇ ਕੋਈ ਅਰੈਸਟ ਹੋਇਆ ਜਾਂ ਨਹੀਂ, ਉਹ ਸਾਰੇ ਇਹਨਾਂ ਦੇ ਸਵਾਲਾਂ ਦਾ ਜਵਾਬ ਦਿੱਤੇ, ਜੋ ਇਹਨਾਂ ਨੇ ਡਿਸੈਟੀਸਫੈਕਸ਼ਨ ਤੋਂ ਬਾਅਦ ਇਹਨਾਂ ਦਾ ਧਰਨਾ ਜਿਹੜਾ ਸਟਾਰਟ ਕਰ ਲਿਆ। ਧੰਨਵਾਦ। ਕਿੰਨੇ ਬੰਦੇ ਅਰੈਸਟ ਕੀਤੇ ਆ ਜੀ? ਇਹ ਸਭ ਇਹ SHO ਜਿਹੜੇ ਆ ਸ਼ਾਹਪੁਰਗੰਡੀ, ਉਹ ਜ਼ਿਆਦਾ ਸਪਸ਼ਟ ਦੱਸ ਸਕਦੇ।